ਤੇ ਉਹਨਾਂ 405 ਚਰਿੱਤਰਾਂ ਚੋਂ ਦੋ ਤਿੰਨ ਚਰਿੱਤਰਾਂ 'ਚ ਲੈਂਗੁਏਜ ਵਰਤੀ ਆ ਕਾਮ ਦੀ ਸਿੱਧੀ ਕੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਾਗ ਲਫ਼ਜ਼ ਨਹੀਂ ਆਉਂਦਾ ਹਾਂਜੀ ਇਸਤਰੀ ਦੇ ਗੁਪਤ ਅੰਗ ਦਾ ਜ਼ਿਕਰ ਆ ਰਿਹਾ ਹਰ ਧਾਰਮਿਕ ਗ੍ਰੰਥ 'ਚ ਆਉਂਦਾ ਬੰਦੇ ਦੇ ਗੁਪਤ ਅੰਗ ਦਾ ਲਿੰਗ ਦਾ ਜ਼ਿਕਰ ਆਉਂਦਾ ਹਰ ਧਾਰਮਿਕ ਗ੍ਰੰਥ ਵਿੱਚ ਆਉਂਦਾ ਭਗ ਬਾਬਤ ਜਿਹੜੀ ਗਿਆਨੀ ਦੀ ਪੰਕਤੀ ਵੀ ਆਉਂਦੀ ਆ ਅੱਜ ਤੋਂ ਭਗ ਮੁਖ ਜਨਮ ਗੋਇਆ ਸਾਰਿਆਂ ਜੇ ਇਹ ਆਪਾਂ ਸ਼ਬਦ ਪੜ੍ਹੀਏ ਇਹਦੇ ਕਰ ਕਰੋ ਅਰਥ ਸਿੱਧੇ ਫਿਰ ਤਾਂ ਕੱਲ੍ਹ ਨੂੰ ਇਹ ਵੀ ਗੱਲ ਚੱਲੂਗੀ ਵੀ ਗੁਰੂ ਗ੍ਰੰਥ ਸਾਹਿਬ ਦੇ ਇਹਨਾਂ ਬੋਲਾਂ ਦੇ ਖੋਲੋ ਜੀ ਅਰਥ ਦੇਖੋ ਅੰਤਰੀ ਅਰਥ ਲਏ ਜਾਂਦੇ ਔਰ ਮਹਾਰਾਜ ਉੱਥੇ ਥਰਡ ਪਰਸਨ ਆ ਚਰਿੱਤਰਾਂ ਦੇ ਵਿੱਚ ਲਿਖਣ ਵਾਲੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿਉਂ ਲਿਖੇ ਗਏ ਹੋਇਆ ਕੀ ਸੀ ਵੀ ਰਾਜੇ ਲੋਕ ਵਿਆਹ ਜ਼ਿਆਦਾ ਕਰਵਾ ਲਏ ਉਹ ਜਵਾਨ ਲੜਕੀ ਨਾਲ ਰਾਜੇ ਨੇ ਵਿਆਹ ਕਰਵਾ ਲਿਆ ਉਹ ਰਾਜੇ ਦੇ ਵੱਡੇ ਬੇਟੇ 'ਤੇ ਹੀ ਮਤਲਬ ਕਿ ਬੇਈਮਾਨ ਹੋ ਗਈ ਡੋਲ ਗਈ ਹੈ ਨਾ ਉਹ ਬੇਟਾ ਕਹਿੰਦਾ ਰਾਜੇ ਦਾ ਵੀ ਤੂੰ ਮੇਰੀ ਧਰਮ ਦੀ ਮਾਂ ਵਾਂ ਮੈਂ ਤੇਰਾ ਸੰਗ ਨਹੀਂ ਕਰ ਸਕਦਾ ਉਹਨੇ ਮਨਾ ਕਰਤਾ ਉਹਨੇ ਗੁੱਸੇ 'ਚ ਆ ਕੇ ਆਪਣੇ ਵਸਤਰ ਆਪੇ ਪਾੜ ਕੇ ਰਾਜੇ ਨੂੰ ਸਹਿ ਅਤੇ ਰਾਜਾ ਗੁੱਸੇ 'ਚ ਕਹਿੰਦਾ ਇਹਨੂੰ ਛੁਰੀ ਚੜ੍ਹਾ ਦਿਓ ਆਪਦੇ ਬੇਟੇ ਨੂੰ ਅਤੇ ਉਹ ਮੰਤਰੀ ਸਿਆਣਾ ਸੀ ਉਹ ਕਹਿੰਦਾ ਰਾਜਾ ਜੀ ਕਾਹਲੇ ਨਾ ਪਓ ਇਹ ਕੋਈ ਪਤਾ ਨਹੀਂ ਇਸਤਰੀ ਅਤੇ ਮਰਦ ਦੇ ਚਰਿੱਤਰ ਸਮਝਣੇ ਜ਼ਰੂਰੀ ਆ ਇਹ ਵੀ ਹੋ ਸਕਦਾ ਵੀ ਇਸਤਰੀ ਦੇ ਚਰਿੱਤਰ 'ਚ ਕਮੀ ਹੋਵੇ ਮਰਦ ਠੀਕ ਹੋਵੇ ਇਹ ਵੀ ਹੋ ਸਕਦਾ ਤੇਰੇ ਮੁੰਡੇ 'ਚ ਕਮੀ ਹੋਵੇ ਇਸਤਰੀ ਠੀਕ ਹੋਵੇ ਔਰ ਉਹ ਇਕੱਲੇ ਇਸਤਰੀ ਬਾਬਤ ਚਰਿੱਤਰ ਨਹੀਂ ਗਏ ਉਹਦੇ 'ਚ ਮਰਦਾਂ ਦੇ ਵੀ ਚਰਿੱਤਰ ਆ ਇਸਤਰੀ ਦੇ ਵੀ ਕਈ ਐਡੇ ਮਤਲਬ ਜ਼ਿਆਦਾਤਰ 99% ਉਹਦੇ ਜਿਹੜੇ ਚਰਿੱਤਰ ਆ ਉਹ ਚੰਗੀ ਸਿੱਖਿਆ ਵਾਲੇ ਆ ਵੀ ਇੱਕ ਘਰ ਚੋਰੀ ਕਰਨ ਆ ਜਾਂਦੇ ਚੋਰ ਰਾਜਾ ਕਿਤੇ ਬਾਹਰ ਗਿਆ ਪਤੀ ਰਾਣੀ ਦਾ ਹੁਣ ਉਹ ਦੇਖਦੇ ਇਸਤਰੀ ਇਕੱਲੀ ਆ ਇਹਦੀ ਪੱਤ ਲੁੱਟੀਏ ਸਮਾਨ ਫਿਰ ਇਕੱਠਾ ਕਰਾਂਗੇ ਹੁਣ ਉਹ ਦਾਨੀ ਪ੍ਰਦਾਨੀ ਔਰਤ ਸੀ ਉਸ ਔਰਤ ਨੇ ਕੀ ਕੀਤਾ ਉਹਨੇ ਦੇਖਿਆ ਵੀ ਇਹਨਾਂ ਮੇਰੀ ਪੱਤ ਲੁੱਟ ਲੈਣੀ ਆ ਮੇਰੀ ਇੱਜ਼ਤ ਜਾਂਦੀ ਰਹਿਣੀ ਆ ਹਾਂਜੀ ਉਸ ਲੜਕੀ ਨੇ ਆਖਿਆ ਵੀ ਤੁਹਾਨੂੰ ਭੁੱਖ ਲੱਗੀ ਹੋਣੀ ਆ ਮੈਂ ਤੁਹਾਡੇ ਲਈ ਕੁਛ ਪ੍ਰਸ਼ਾਦਾ ਬਣਾ ਦਿੰਦੀ ਮੈਂ ਤੁਹਾਡੇ ਨਾਲ ਹੀ ਚੱਲ ਜਾਂਦਾ ਉਹਨੇ ਕੁਛ ਬਣਾਇਆ ਵਿੱਚ ਉਹਨੇ ਕੋਈ ਜ਼ਹਿਰ ਪਾਤਾ ਜਾਂ ਟਗੋਲੀ ਕੁਛ ਵੀ ਪਾਤਾ ਉਹ ਸਾਰੇ ਬੇਹੋਸ਼ ਹੋ ਗਏ ਅਤੇ ਉਹ ਲੜਕੀ ਨੇ ਬੰਨ ਲਿਆ ਸਾਰੇ 'ਚ ਉਹਨਾਂ ਨੂੰ ਚੋਰਾਂ ਨੂੰ ਲੁਟੇਰਿਆਂ ਉਹ ਸਵੇਰੇ ਰਾਜਾ ਆਇਆ ਬੜਾ ਖੁਸ਼ ਹੋਇਆ ਵੀ ਤੂੰ ਮੇਰਾ ਘਰ ਵੀ ਰੱਖ ਲਿਆ ਇੱਜ਼ਤ ਵੀ ਰੱਖ ਇੱਦਾਂ ਹੀ ਮਰਦਾਂ ਦੇ ਇਸਤਰੀਆਂ ਦੇ ਇੱਦਾਂ ਦੇ ਚਰਿੱਤਰ ਆ ਵੀ ਜਸਤ ਵਿੱਚ ਪਰਪੱਕ ਰਹਿਣਾ ਹਾਂ ਔਰ ਜਿੱਥੇ ਕੋਈ ਚਰਿੱਤਰ ਵੇਸਵਾ ਬਾਬਤ ਆਇਆ ਜਾਂ ਕਾਮੀ ਪੁਰਸ਼ ਬਾਬਤ ਹੁਣ ਤੁਸੀਂ ਆਪ ਸਿਆਣੇ ਦੇ ਕਹਿ ਦਿੰਦੇ ਚਰਿੱਤਰਾਂ 'ਚ ਇਸਤਰੀ ਦੀ ਤੋਹੀਨ ਆ ਨਹੀਂ ਜਿਹੜੀ ਕੋਠੇ 'ਤੇ ਬੈਠੀ ਵੇਸਵਾ ਵਾ ਨਾ ਬਹੁਤਿਆਂ ਦਾ ਸੰਗ ਕਰਦੀ ਹੈ ਉਹਦੇ ਲਈ ਲਫ਼ਜ਼ ਵੇਸਵਾ ਹੀ ਆਊਗਾ ਅਤੇ ਜਿਹੜੀ ਦਾਨੀ ਪ੍ਰਦਾਨੀ ਗ੍ਰਿਸਤ 'ਚ ਔਰਤ ਆ ਉਹਦੇ ਲਈ ਮਾਤਾ ਧੀਆਂ ਉਹਨਾਂ ਲਈ ਬੜੇ ਪਾਕ ਲਫ਼ਜ਼ ਵਰਤੇ ਜਾਂਦੇ ਵੇਸਵਾ ਨੂੰ ਮਹਾਰਾਜ ਨੇ ਉੱਥੇ ਵੇਸਵਾ ਕਿਹਾ ਵਾ ਠੀਕ ਆ ਜੀ ਦਾਨੀ ਪ੍ਰਦਾਨੀ ਲੜਕੀ ਨੂੰ ਦਾਨੀ ਪ੍ਰਦਾਨੀ ਕਿਹਾ ਵਾ ਇੱਦਾਂ ਇਹ ਇਹ ਮੀਡੀਏ 'ਚ ਕਹਿ ਸਕਦੇ ਆ ਹੁਣ ਤੁਸੀਂ ਸਾਰੇ ਸਿੰਘਾਂ ਨੇ ਬੇਨਤੀ ਕੀਤੀ ਆ ਕਿ ਪੰਜ ਸਿੰਘ ਆ ਜਾਓ ਵਿਚਾਰ ਹੋ ਸਕਦੀ ਪਰ ਲਾਈਵ ਹੋਊਗੀ ਕਮਰੇ 'ਚ ਬੰਦ ਨਹੀਂ ਬਿਲਕੁਲ ਮੈਂ ਕਿਹਾ ਜੀ ਹਾਂਜੀ ਮੈਂ ਕਿਹਾ ਜੀ ਕੋਈ ਵੀ ਪੰਜ ਸਿੰਘ ਬੀਬੀਆਂ ਭੈਣਾਂ ਮਾਤਾਵਾਂ ਆ ਜਾਓ ਜਿੰਨੇ ਜਿਹਨੂੰ ਗਿਆਨ ਲੈਣਾ ਜਾਂ ਗਿਆਨ ਦੇਣਾ ਆ ਜਾਓ ਬਾਬਾ ਜੀ ਨਾਲ ਤੁਹਾਡੀ ਵਿਚਾਰ ਕਰਾ ਦਾਂਗਾ ਜੋ ਆਪਣੇ ਮਨ ਦੀ ਸਿੱਖਾਵਾਂ ਨੇ ਕੋਈ ਦੂਰ ਕਰ ਲਓ ਔਰ ਅਸੀਂ ਲਾਈਵ ਕਰਾਂਗੇ ਕਹਿੰਦੇ ਜੀ ਦੱਸਾਂਗੇ ਅੱਜ ਸਾਡੇ ਕੋਲ ਟਾਈਮ ਨਹੀਂ ਹੈ 31 ਤਰੀਕ ਗਏ ਸੀਗੇ ਸਾਨੂੰ ਮਿਲਿਆ ਹੀ ਕੋਈ ਨਹੀਂ ਰਿਕਾਰਡਿੰਗ ਸਿੰਘਾਂ ਕੋਲ ਵੀ ਹੈਗੀ ਆ ਕਹਿੰਦੇ ਮੰਨਦੇ ਆ ਪਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ 'ਚ ਕਿਸੇ ਹੋਰ ਗ੍ਰੰਥ ਦੀ ਕਥਾ ਨਹੀਂ ਹੋ ਸਕਦੀ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਗਈ ਵੀ ਧਾਰਮਿਕ ਗ੍ਰੰਥ ਜਿਹੜਾ ਰਹਿਬਰ ਹੁੰਦਾ ਉਹ ਇੱਕ ਹੁੰਦਾ ਧਰਮ ਇਸਲਾਮ ਦਾ ਕੁਰਾਨ ਪਰ ਉਹਨਾਂ ਦੀ ਮਰਿਆਦਾ ਹਦੀਸਾਂ 'ਚ ਲਿਖੀ ਆ ਮੁਹੰਮਦ ਜੀ ਨੇ ਜੋ ਲਿਖਿਆ ਠੀਕ ਆ ਜੀ ਜੋ ਉਹਨਾਂ ਨੇ ਉਚਾਰਿਆ ਵਾ ਇੱਦਾਂ ਹੀ ਸਨਾਤਨ ਮਤ ਹਿੰਦੂ ਧਰਮ ਦਾ ਧਾਰਮਿਕ ਗ੍ਰੰਥ ਵੇਦ ਆ ਉਹਨਾਂ ਦੀ ਜਿਹੜੀ ਰਹਿਣੀ ਬਹਿਣੀ ਉਹ ਸ਼ਾਸਤਰਾਂ ਦੇ ਵਿੱਚ ਆ ਪੁਰਾਣਾ 'ਚ ਇੱਦਾਂ ਹੀ ਸਾਡੇ ਮਹਾਰਾਜ ਰਹਿਬਰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਔਰ ਦਸਮ ਮਹਾਰਾਜ ਦੀ ਬਾਣੀ ਦੇ ਵਿੱਚ ਖਾਲਸੇ ਦਾ ਜੀਵਨ ਕੈਸਾ ਹੈ ਕਿੱਦਾਂ ਮਹਾਰਾਜ ਨੇ ਖਾਲਸਾ ਪ੍ਰਗਟ ਕੀਤਾ ਹੈ ਸਾਡੀ ਅਰਦਾਸ ਆ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੈਂਦੇ ਆਏ ਸਭ ਤੋਂ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪੰਜ ਪਾਤਸ਼ਾਹੀਆਂ ਦੇ ਨਾਮ ਹਨ ਗੁਰੂ ਅਰਜਨ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਤੱਕ ਨੌਵੇਂ ਪਾਤਸ਼ਾਹ ਦੀ ਬਾਣੀ ਆ ਨਾਮ ਨਹੀਂ ਤੁਹਾਡੇ ਕੋਲ ਅਥੈਂਟੀਸਿਟੀ ਹੈ ਹੀ ਨਹੀਂ ਤੁਸੀਂ ਦਸਾਂ ਗੁਰੂਆਂ ਦੇ ਨਾਮ ਪ੍ਰੂਵ ਕਰ ਦਿਓ ਦਸਮ ਗ੍ਰੰਥ ਨੂੰ ਪੁਰਾਣੀ ਰਚਨਾ ਕੋਈ ਲਿਆ ਕੇ ਦਸਮ ਗ੍ਰੰਥ ਵਿੱਚ ਸਾਹਿਬ ਮਹਾਰਾਜ ਨੇ ਦਸਾਂ ਦੇ ਨਾਮ ਲਿਖੇ ਆ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਨਹੀਂ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਕ੍ਰਿਸ਼ਨ ਧਿਆਈਆ ਜਿਸ ਦੇਖਿਆ ਸਭ ਨੂੰ ਪਜਾਏ ਤੇਗ ਬਹਾਦਰ ਸਿਮਰੀਆ ਕਰਨ ਆਉਣੇ ਦਾਵੇ ਧਾਏ
फिर आपका नाम महाराज फिर बाणी च लिखते हैं बाहे गए की ला लिया सु गोबिंद दास तुहार महाराज ने मतलब उतों खेती सिद्धि मिलती सर कि ठीक है जो तुहा जो किसाई सहकाया फिर पलट गया महाराज गुरु ग्रंथ साहब कहते जोत रूप है राब गुरु नानक कहा तांदे अंदर पयो कहते दस काया परमात्मा ने बदलिया तो जोत एक हूँ मैं इस पंक्ति से ही टीकाकारा पुछ लवाना बच्चा पूछे भी किनिया काया बदलिया तुम आखो दस दस शरीर धारे थोड़ा बच्चा आखे गुरु ग्रंथ साहब के पांच पिता जी मैं पंजा मानता नहीं फिर बच्चा कितने घलना फिर दसम बाणी पढ़ोगे ना दसम बाणी जी दसा पातशाहियां दे नाम फिर साड़ी फतेह है श्री वाहिगुरु जी की फतेह खालसता ही निखालस खालसा लफ्ज भी उहदे ठीक है जी साड़ी फतेह भी उहदे साड़ी अरदास भी उहदे और मैं हैरान हाँ जिवें गुरमुख प्यारे कह रहे सी कि जिस दिन तुहाडा नामकरण हुंदा गुरु ग्रंथ साहिब चो एक वचन लै के उस अखर ते नाम रख्या गया जिहड़े विरोध भी करदे दसम बाणी दा उहनां दा नाम रखदा जी गुरु घर आके अरदास कराई थी ना हुक्मनामा लैके महाराज शब्द बख्शो मुखवाक बख्शो नाम रखना अच्छा वो जी अरदास की सिंह साहब ने गुरु घर वो कितने प्रथम भगवती सिमर का गुरु नानक लई वो दसम बाणी जा फिर तो नामकरण ही झूठा वा तुम जिन्ना भी जलसिया के घले दसम बाणी रोकना आए हाँ मैं नहीं जानता कौन हो कौन नहीं चाहे जिन्हें भी बहुतात में व्डे धर्म हैं जिमें निकी मछी वी मछी जनू फिरती है ये जदों गुरु नानक साहब ने जंजू नहीं पाया उदों तो ही पांडा से काजी हड़प्पा फिरते ने सुनत नहीं करवाई इन्हें कलमा नहीं पढ़िया जी ये वे धर्म का हिस्सा नहीं बने महाराज ने पंजे जामे जू कहता ना हम हिंदू ना मुसलमान इतने गुर सतगुर का जो सिख का है साडा सिख धर्म सारे धर्मां का सत्कार करते हैं फिर तो उन्होंने जरा नामकरण होया वा उहदे ते भी शंका उन्होंने करना चाहिए वा महाराज अगे अरदास की गई है बेनती करा वेखो आप रोज ये शब्द पढ़ते हैं बाणी गुरु गुरु है बाणी गुरु साडे किन्ने होए किन्नी बार काया पलटी दस गुरु साहिबान गुरु नानक तो गुरु गोबिंद और जेडे उन्होंने बोल ने उन्हां नूं कोई नहीं पलट सकता देखो आपां भी जे आपस च कोई विचार करनी होवे ना जिहड़ा फैसला आपां संगत ने लिया वा कुछ तब्दीली हो सकती है किसे विच ताकत है नहीं गी गुरु गोबिंद सिंह दी बाणी नूं गुरु ग्रंथ साहिब महाराज दी बाणी नूं पंजां बाणियां नूं गुरु वल्लों चली मर्यादा नूं गुरु दा सिख किसे भी अहुदे ते धार्मिक आ जां सियासी आ वो नहीं बदल सकता क्योंकि जिस दिन उसने गुरु दा हुक्म बदलिया ठीक है जी गुरु की बाणी कटिया खंडे की पौल दियां पंज बाणियां कटिया वो सिख नहीं रहा क्योंकि गुरु ने कहा सी महाराज का हुक्म सी सो सिख सखा बंध पै भाई जे गुर के बाणी विच इन्हें तो हुक्म तोड़ता इन्हें तो पंज बाणियां कटतियां इन्हें तो खंडे की पौल कटती अमृत नूं नहीं मानते तो उत्थे ते कहिंदे ने गुर के बाणे विच अमृत है गुरु के हुक्म च अमृत है तो भाई जयतारी कहिंदे गुरु ने पंज बाणियां पढ़िया मैं भाई जीवन सिंह जदों बनया वा उहदे नालों वड्डी उदाहरण कोई नहीं गी सो ये विचार इसलिए मैं देखो एक होर बेनती करना ये जेड़ा भी कोई विरोध करता ना देखो संगत हुंदी है कोली वो जेड़ा दुध हुंदा ना उहनू खट्टा लागे दही बना लो लस्सी बना लो तो मर इहनां दा कोई कसूर नहीं जेड़े एजेंसियां दे बंदे पांडे नाल रले आ क्योंकि पांडा उस दिन तो ही तंग कर रहा वा सिखां नूं काजी भी तंग कर रहा वा जिस दिन तो सिख वड्डे धर्मां दा हिस्सा नहीं बणा वो कहिंदा कलमा पढ़ो कहिंदे नानक साडे ही वजीर सी पांडा कहिंदा नहीं साडे ही वह गुरु सी जंजू पाओ तुसीं ठीक है जी ये जिहड़े जंजू नहीं पा सके ना वेख्या भी असीं कहिंदे सी सिख धर्म का चिन्ह कोई नहीं गुरु गोबिंद सिंह महाराज ने 1699 नूं अमृत छका के पंज चिन्ह प्रगट करते हैं हाँ जी कच कड़ा कृपान कंघा केस हुण ते होर पक्की मोहर लग गई अच्छा गुरु गोबिंद सिंह महाराज ने आपदे बचना नाल हुण इन्हां दे ग्रंथ ते शरीरी मोहर लाती है भावें ज्ञान सी शब्द सी पर दसा गुरुआ तक तो गुरु का रुतबा दसा गुरुआ कोई रहा ना बाणी पढ़ लो ठीक है जी गुरु नानक देव पातशाह दे बाबत भट्टां दे सोईए पढ़ लो जां पंजां पातशाहियां दे बाबत गुरु लफ्ज़ आया जे पंजां लई गुरु आया तो दस साढ़े गुरु आपां नूं पता वा हुण दसवें पातशाह दे बोलां नाल ही आदि ग्रंथ साहिब गुरु ग्रंथ साहिब महाराज बने हाँ जी बने ना
ਇਹਨਾਂ ਦਸਮ ਤੋਂ ਦੂਰ ਕਰਕੇ ਸਾਡੇ ਨਾਲ ਹੁਣ ਇਹੀ ਕਰਨਾ ਵਾ ਵੀ ਇਹ ਪਾਂਡਾ ਜਿੱਥੇ ਤੁਰਿਆ ਸੀ ਨਾ ਵੀ ਜੰਜੂ ਪਾਉਣਾ ਇਹ ਅੰਮ੍ਰਿਤ ਛੱਡਣ ਪੰਜਾਂ ਪਿੱਲਰਾਂ 'ਤੇ ਅੰਮ੍ਰਿਤ ਖਲੋਤਾ ਤੁਹਾਡਾ ਘਰ ਪੰਜਾਂ ਪਿੱਲਰਾਂ 'ਤੇ ਆ ਜਾਂ ਪੰਜਾਬ ਸਵਾਈਏ ਚੌਕੀ ਨਾਲ ਸਾਹਿਬ ਚਾਹੇ ਗੁਰੂ ਗ੍ਰੰਥ ਸਾਹਿਬ ਦੀਆਂ ਦੋ ਬਾਣੀਆਂ ਪਿੱਲਰ ਕੱਢ ਦਿਉ ਅਤੇ ਚਾਹੇ ਤਿੰਨ ਬਾਣੀਆਂ ਦਸਮ ਗ੍ਰੰਥ ਦੀਆਂ ਕੱਢ ਦਿਉ ਖੰਡੇ ਦੀ ਪੌਲ ਜਿਹੜੀ ਆ ਉਹ ਟੁੱਟੂਗੀ ਮਰਿਆਦਾ ਜਦੋਂ ਟੁੱਟ ਗਈ ਤੁਹਾਡੇ ਬੱਚਿਆਂ ਕਰਨੇ ਲੈਂਟਰ ਡਿੱਗ ਪੈਣਾ ਵਾ ਤੁਹਾਡੇ ਬੱਚਿਆਂ ਕਰਨੇ ਆ ਸ਼ੰਕੇ ਹਾਂਜੀ ਜਦੋਂ ਤੁਹਾਡੇ ਬੱਚਿਆਂ ਸ਼ੰਕਾ ਕੀਤਾ ਆਪਣੇ ਕੋਲ ਅਥੈਂਟੀਸਿਟੀ ਹੈ ਨਹੀਂ ਕਿਉਂਕਿ ਦਸਮ ਬਾਣੀ ਨੂੰ ਤਾਂ ਮੰਨਣੋਂ ਅੜ ਗਏ ਅਸੀਂ ਅੰਮ੍ਰਿਤ ਛੱਡਦਾ ਸਾਡਾ ਰੌਲਾ ਕਾਹਦਾ ਚੱਲ ਰਿਹਾ ਕੋਈ ਕਹਿੰਦਾ ਜੀ ਤੁਸੀਂ ਕੇਸਾਧਾਰੀ ਹਿੰਦੂ ਆ ਕੋਈ ਕਹਿੰਦਾ ਤੁਸੀਂ ਇਸਲਾਮ 'ਚੋਂ ਆਏ ਸਾਨੂੰ ਖੰਡੇ ਦੀ ਪੌਲ ਨੇ ਵੱਖਰਾ ਸਾਡਾ ਇੱਕ ਧਾਰਮਿਕ ਚਿੰਨ੍ਹ ਬਖਸ਼ ਦਿੱਤਾ ਸਿੱਖੀ ਅੰਦਰ ਆ ਦੇਖੋ ਅੰਦਰ ਤੁਸੀਂ ਨਹੀਂ ਦੇਖ ਸਕਦੇ ਕਿਹਦੇ ਕਿਹਦੇ ਅੰਦਰ ਜਿਹੜਾ ਧਰਤੀ 'ਚ ਬੀਜ ਆ ਉਹ ਬਾਹਰ ਪ੍ਰਗਟ ਹੁੰਦਾ ਵਾ ਜੇ ਅੰਦਰ ਸਿੱਖੀ ਕਹਿ ਦਈਏ ਬਾਹਰ ਬਾਣਾ ਨਹੀਂ ਪਾਉਂਦੇ ਕੇਸ ਨਹੀਂ ਰੱਖਦੇ ਅਤੇ ਜਿਹੜਾ ਬੀਜ ਤੋਂ ਰੁੱਖ ਪੈਦਾ ਨਾ ਹੋਵੇ ਉਹਨੂੰ ਕੀ ਕਹਿੰਦੇ ਬਾਈ ਖੇਤੀ ਵਾਲੇ ਕਹਿੰਦੇ ਸੜ ਗਿਆ ਹੋਣਾ ਬੀਜ ਵਿੱਚ ਹੀ ਸਿੱਖੀ ਅੰਦਰ ਆ ਸਿੰਘ ਬਾਹਰ ਆ ਖਾਲਸਾ ਬਾਹਰ ਆ ਬਾਣਾ ਬਾਹਰ ਆ ਸਿੱਖੀ ਗੁਰੂ ਗ੍ਰੰਥ ਸਾਹਿਬ ਨਾਲ ਵਾ ਅਤੇ ਖਾਲਸਾ ਦਸਮ ਬਾਣੀ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਿਉਂ ਲੋੜ ਪੈ ਗਈ ਹਰਿਮੰਦਰ ਸਾਹਿਬ ਭਗਤੀ ਦਾ ਕੇਂਦਰ ਸੀ ਚਰਨਾਂ 'ਚ ਸ਼ਕਤੀ ਦਾ ਕੇਂਦਰ ਬਣਾਇਆ ਗਿਆ ਇੱਦਾਂ ਹੀ ਦਸਮ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ 'ਚ ਜਿਵੇਂ ਹਰਿਮੰਦਰ ਸਾਹਿਬ ਦੀ ਛਤਰ ਛਾਇਆ 'ਚ ਅਕਾਲ ਤਖਤ ਸਾਹਿਬ ਇਹ ਸਿਧਾਂਤ ਰਹੂਗਾ ਰਿਹਾ ਵਾ ਇਹ ਦੋ ਚਾਰ ਲੋਕ ਜੇ ਵਿਰੋਧ ਕਰਦੇ ਵੀ ਨੇ ਨਾ ਅਤੇ ਇਹਨਾਂ ਨੂੰ ਸਮਝਾ ਕੇ ਇਹਨਾਂ ਨੂੰ ਗੁਰੂ ਦੇ ਉਪਦੇਸ਼ ਨਾਲ ਜੋੜੀਏ ਆਪਣੇ ਭਾਈ ਨੇ ਗੁੰਮਰਾਹ ਹੋ ਚੁੱਕੇ ਨੇ ਪਰ ਜਿਹੜੇ ਏਜੰਸੀਆਂ ਦੇ ਖਰੀਦੇ ਉਹ ਜਿਹੜੇ ਬਾਣੀ ਦੇ ਉਲਟ ਬੋਲਦੇ ਨੇ ਇਹਨਾਂ ਭੋਲੇ ਭਾਲੇ ਸਿੱਖਾਂ ਨੂੰ ਗੁੰਮਰਾਹ ਕਰਦੇ ਨੇ ਮੈਂ ਬੇਨਤੀ ਉਹਨਾਂ ਨੂੰ ਕਰਦਾ ਹੈ ਵੀ ਇਹਨਾਂ ਦੀ ਪਿੱਠ ਪਿੱਛੇ ਲੋਕੇ ਇਹ ਬਚਨ ਬਲਾਸ ਨਾ ਕਰੋ ਤੁਸੀਂ ਆਪਣੇ ਨਾਮ ਅੱਗੇ ਬੜੇ ਬੜੇ ਵੱਡੇ ਲਕਬ ਲਾਏ ਆ ਵੀ ਇੰਨੀ ਵਿੱਦਿਆ ਅਤੇ ਬੜੀ ਆਪਣੀ ਜਿਹੜੀ ਬਾਇਓਗ੍ਰਾਫੀ ਉਹ ਸੁਣਾਉਂਦੇ ਆ ਵੀ ਬਹੁਤ ਜ਼ਿਆਦਾ ਉਹ ਵਿਦਵਾਨ ਆ ਚਾਰ ਸਾਲ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਤੋਂ ਮੰਜੀ ਸਾਹਿਬ ਤੋਂ ਲਾਈਵ ਸਟੇਜਾਂ ਤੋਂ ਹੋ ਗਏ ਆ ਵੀ ਦਸਮ ਬਾਣੀ 'ਤੇ ਇਹ ਜਿਹੜੇ ਇਹਨਾਂ ਦੇ ਆਗੂ ਆ ਪ੍ਰੋਫੈਸਰ ਖਵਾਉਂਦੇ ਆਪਣੇ ਆਪ ਨੂੰ ਵਿੱਦਿਆ ਤਾਂ ਉਹਨਾਂ ਕੋਲ ਇੰਨੀ ਹੈ ਨਹੀਂ ਹਾਂ ਪਰ ਸੰਪਰਦਾਵਾਂ ਕੋਲ ਸਿੱਖ ਜਗ ਦੀਆਂ ਸਿਰਮੌਰ ਜਿਹੜੀਆਂ ਧਾਰਮਿਕ ਸੰਸਥਾਵਾਂ ਸ਼੍ਰੋਮਣੀ ਕਮੇਟੀ ਦਾ ਦਲੀਲ ਇਹਨਾਂ ਕੋਲ ਅਸਲ ਪ੍ਰੋਫੈਸਰ ਸਾਹਿਬਾਨ ਹੈਗੇ ਆ ਜਿਨ੍ਹਾਂ ਪੀ ਐੱਚ ਡੀਆਂ ਕੀਤੀਆਂ ਦਸਮ ਦੀ ਬਾਣੀ 'ਤੇ ਉਹਨਾਂ ਨਾਲ ਬੈਠ ਜਾਓ ਬੈਠਣਾ ਨਹੀਂ ਤਾਂ ਦਾਸ ਰੋਜ਼ ਹੀ ਇੱਥੋਂ ਚਾਰ ਸਾਲ ਤੋਂ ਹੀ ਤਕਰੀਬਨ ਇਹਨਾਂ ਸਟੇਜਾਂ ਤੋਂ ਲਾਈਵ ਬੇਨਤੀ ਕਰਦਾ ਆ ਰਿਹਾ ਵੀ ਲਕੀਰ ਲੰਮੀ ਕਰਨੀ ਹੈ ਕਿਸੇ ਨੂੰ ਚੈਲੇਂਜ ਨਹੀਂ ਹੈ ਸਿੱਖ ਹੰਕਾਰ ਨਹੀਂ ਕਰਦਾ ਜੇ ਆਪਾਂ ਵਿਚਾਰ ਕਰੀਏ ਉਹ ਜਿਹੜੇ ਇਹਨਾਂ ਦੇ ਪ੍ਰੋਫੈਸਰ ਹੈ ਨਾ ਉਹਨਾਂ ਨੂੰ ਕਹੋ ਤੁਸੀਂ ਥੋੜ੍ਹੀ ਹਿੰਮਤ ਕਰੋ ਅਤੇ ਦੁਵਿਧਾ ਦੂਰ ਕਰੀਏ ਸਾਹਮਣੇ ਬੈਠੀਏ ਇੱਦਾਂ ਸੰਗਤਾਂ ਨੂੰ ਗੁੰਮਰਾਹ ਕਰਕੇ ਕਿਸੇ ਦੀ ਪਿੱਠ ਵਰਤ ਕੇ ਇਹ ਸਿੱਖ ਦਾ ਕੰਮ ਨਹੀਂ ਹੈ ਪਿੱਠ ਥੋਲੇ ਲੁਕਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।